ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਤੇ ਸੰਗਤ ਟੈਲੀਵਿਜ਼ਨ ਦਾ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਕਰਲੇ 52 ਬਚਨ ਇਹਨਾਂ 52 ਬਚਨਾਂ ਦੀ ਲੜੀਵਾਲ ਗੱਲ ਕਰਦਿਆਂ ਕਰਦਿਆਂ ਆਪਾਂ 30ਵੇਂ ਬਚਨ ਤੇ ਪਹੁੰਚੇ ਹਾਂ ਔਰ 30ਵਾਂ ਬਚਨ ਹੈ ਕਿ ਸਿੱਖ ਨੇ ਸ਼ਸਤਰ ਵਿਦਿਆ ਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਨਾ ਹੈ। ਕਲਗੀਧਰ ਪਾਤਸ਼ਾਹ ਦੇ ਇਸ ਬਚਨ ਨੂੰ ਸਮਝਣ ਦੇ ਲਈ ਆਪਾਂ ਜਿਹੜਾ ਪਿਛਲਾ ਬਚਨ ਹੈ ਜਿਹੜਾ ਆਪਾਂ ਪਿਛਲੇ ਦਿਨੀ ਕਰਕੇ ਛੱਡੇ ਆ ਉਹਦੀ ਪਹਿਲਾਂ ਗੱਲ ਕਰ ਲੈਣੇ ਥੋੜੀ ਜਿਹੀ। ਉਹਦੇ ਵਿੱਚ ਸਤਿਗੁਰ ਨੇ ਆਖਿਆ ਸੀ ਜੁੱਧ ਨੂੰ ਆਖਰੀ ਹੀਲੇ ਤੱਕ ਆਖਰੀ ਵਸੀਲੇ ਤੱਕ ਟਾਲ ਲੈਣਾ। ਪਰ ਆਖਰੀ ਵਸੀਲੇ ਤੱਕ ਜੁੱਧ ਨੂੰ ਟਾਲਦਿਆਂ ਟਾਲਦਿਆਂ ਕਿਤੇ ਸਿੱਖ ਜੁੱਧ ਦੀ ਤਿਆਰੀ ਤੋਂ ਐਵੇਂ ਪਿੱਛੇ ਨਾ ਰਹਿਣ ਲੱਗ ਪਾ ਜੇ ਜੋਦੀ ਤਿਆਰੀ ਤੋਂ ਕੁਤਾਹੀ ਨਾ ਕਰਨ ਲੱਪਾ ਆਪਾਂ ਪਿਛਲੇ ਐਪੀਸੋਡ ਵਿੱਚ ਇਹ ਗੱਲ ਕਹੀ ਕਿ ਜੁੱਧ ਦੀ ਜੇ ਤੁਹਾਡੇ ਕੋਲ ਤਿਆਰੀ ਨਹੀਂ ਹੈ ਜੇ ਤੁਸੀਂ ਜੁੱਧ ਲੜਨ ਦੀ ਤਿਆਰ ਨਹੀਂ ਹੋ ਤੁਹਾਡੇ ਕੋਲ ਫੌਜੀ ਸ਼ਕਤੀ ਨਹੀਂ ਹੈ ਦੁਸ਼ਮਨ ਨੂੰ ਪਤਾ ਹੈ ਕਮਜ਼ੋਰ ਹੈ ਤਾਂ ਫਿਰ ਉਹ ਤੁਹਾਡੇ ਉੱਤੇ ਹਮਲਾ ਕਰੇਗਾ ਹੀ ਕਰੇਗਾ ਤੁਹਾਨੂੰ ਜੁੱਧ ਦੇ ਮੈਦਾਨ 'ਚ ਖਿੱਚ ਕੇ ਲੈ ਜਾਏਗਾ ਪਰ ਜੇ ਤੁਸੀਂ ਤਿਆਰ ਹੋ ਤੁਹਾਡੀ ਤਿਆਰੀ ਹੈ ਪਿਰ ਤੁਹਾਡੇ ਤੇ ਹਮਲਾ ਨਹੀਂ ਕਰੇਗਾ ਅਮਨ ਦੀ ਸ਼ਾਂਤੀ ਦੀ ਗਰੰਟੀ ਇਹ ਹੈ ਕਿ ਤੁਸੀਂ ਯੋਧੇ ਲਈ ਤਿਆਰ ਹੋ ਤੇ ਸਤਗੁਰੂ ਨੇ ਆਖਿਆ ਜੁੱਧ ਬਨਾਸ਼ਤਾ ਕਰਨਾ ਜੁੱਧ ਨਹੀਂ ਕਰਨਾ ਬੇਸ਼ੱਕ ਜਦੋਂ ਆਖਰੀ ਹਿੱਲੇ ਤੱਕ ਟਾਲਣਾ ਬੇਸ਼ੱਕ ਪਰ ਯੋਧੇ ਦੀ ਤਿਆਰੀ ਹਮੇਸ਼ਾ ਰੱਖਣੀ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਤਗੁਰੂ ਜੀ ਗੱਲ ਕਰਦੇ ਨੇ ਜੁੱਧ ਦੀ ਤਿਆਰੀ ਦੇ ਲਈ ਸਭ ਤੋਂ ਵੱਡਾ ਅਭਿਆਸ ਕਿਹੜਾ ਹੁੰਦਾ ਸੀਗਾ ਸ਼ਸਤਰ ਵਿਦਿਆ ਦਾ ਅਭਿਆਸ ਘੋੜੇ ਦੀ ਸਵਾਰੀ ਦਾ ਅਭਿਆਸ ਕਿ ਜਿਹੜੀ ਗੱਲ ਅੱਜ ਜੰਗ ਦੇ ਮੈਦਾਨ 'ਚ ਟੈਂਕ ਦੀ ਹੈ ਬਖਤਰਬੰਦ ਗੱਡੀਆਂ ਦੀ ਹੈ ਡਰੋਨ ਦੀ ਹੈ 에어 ਫੋਰਸ ਦੇ ਜਹਾਜ਼ਾਂ ਦੀ ਹੈ ਉਹੀ ਗੱਲ ਉਹਨਾਂ ਸਮੇਂ ਦੇ ਵਿੱਚ ਘੋੜੇ ਦੀ ਹੋਇਆ ਕਰਦੀ ਸੀ ਘੋੜੇ ਤੇ ਬਣਾ ਹਮਲਾ ਹੋ ਹੀ ਨਹੀਂ ਸਕਦਾ ਸੀ ਘੋੜੇ ਬਣਾ ਹਮਲਾ ਡੱਕਿਆ ਨਹੀਂ ਸੀ ਜਾ ਸਕਦਾ ਹੁਣ ਸੋ ਘੋੜੇ ਦੀ ਸਵਾਰੀ ਵੀ ਕਰਨੀ ਆ ਤੇ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਹੈ ਜੰਦ ਲਈ ਤਿਆਰ ਰਹਿਣਾ ਹੈ ਜੰਦ ਨਹੀਂ ਕਰਨਾ ਜੰਦ ਤੋਂ ਬਚਣਾ ਵੱਧ ਤੋਂ ਵੱਧ ਜੰਦ ਨੂੰ ਟਾਲਣਾ ਹੈ ਤੇ ਟਾਲਣ ਦਾ ਇੱਕ ਤਰੀਕਾ ਇਹ ਵੀ ਆ ਕਿ ਸਿੱਖ ਨੇ ਘੋੜੇ ਦੀ ਸਵਾਰੀ ਕਰਦੇ ਰਹਿਣਾ ਉਹਦੇ ਘੋੜੇ ਹੰਕਦੇ ਰਹਿਣ ਘੋੜਿਆਂ ਦੇ ਸੁਮਾਂ ਦੀ ਆਵਾਜ਼ ਦੁਸ਼ਮਣ ਦੀਆਂ ਛਾਤੀਆਂ ਦੇ ਉੱਤੇ ਇੱਕ ਤਰ੍ਹਾਂ ਦਾ ਆਪਣਾ ਅਸਰ ਪਾਉਂਦੀ ਰਹੇ ਤੇ ਨਾਲ ਉਹਨੇ ਸ਼ਸਤਰ ਵਿੱਦਿਆ ਵੀ ਸਿੱਖਣੀ ਆ ਸ਼ਸਤਰ ਵੀ ਉਹਦੇ ਕੋਲ ਤਾੜਾ ਹੋਵੇ ਤੇ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਤਖੜਾ ਹੋਵੇ ਇਸ ਬਚਨ ਦੀ ਇਹ ਜਿਹੜੀ ਇਸ ਗੱਲ ਨੂੰ ਪਿਛਲੇ ਬਚਨਾਂ ਨਾਲ ਜੋੜ ਕੇ ਗੱਲ ਕਰਨੀ ਪਰ ਆਪਾਂ ਇਹਨੂੰ ਥੋੜਾ ਜਿਹਾ ਉਸ ਸਮੇਂ ਦੇ ਨਾਲ ਜੋੜ ਕੇ ਗੱਲ ਕਰੀ ਜਦੋਂ ਸਿੱਖ ਧਰਮ ਦੀ ਪਦਾਸ਼ ਹੋਈ ਆਪਾਂ ਪਿਛਲੇ ਤਿੰਨਾਂ ਚਾਹਾਂ ਬਚਨਾਂ ਤੋਂ ਵਾਰ-ਵਾਰ ਇਹ ਗੱਲ ਆਖੀ ਹੈ ਉਦੋਂ ਭਾਰਤੀ ਉਪਮਹਾਦੀਪ ਦੇ ਉੱਤੇ ਵਿਦੇਸ਼ੀ ਧਾੜ ਵੀ ਆਪਣੀ ਧਾਕ ਜਮਾ ਚੁੱਕੇ ਸੀ ਉਹਨਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਭਾਰਤੀ ਸਭਿਆਚਾਰ ਨੂੰ ਭਾਰਤੀ ਲੋਕ ਤਾਰਾਂ ਨੂੰ ਭਾਰਤੀ ਧਰਮਾਂ ਨੂੰ ਭਾਰਤੀ ਬੋਲੀਆਂ ਨੂੰ ਭਾਰਤੀ ਰਾਗਾਂ ਨੂੰ ਭਾਰਤੀਆਂ ਸਾਰੀਆਂ ਪਰੰਪਰਾਗਤ ਪ੍ਰਣਾਲੀਆਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਇਤੋਂ ਕਿ ਮੰਦਰ ਤੋੜਨਾ ਸ਼ੁਰੂ ਕਰ ਦਿੱਤੇ ਸੀ ਪਰ ਪਠਾਨ ਤੇ ਮੁਗਲ ਦੋਨੇ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਹੁਕਮਰਾਨ ਸਨ ਬਾਹਰੋਂ ਚੱਲ ਕੇ ਆਏ ਬੇਸ਼ੱਕ ਉਹ ਆਪ ਧਰਮੀ ਨਹੀਂ ਸਨ ਪਰ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੇ ਲਈ ਉਹ ਧਰਮ ਦੇ ਨਾਂ ਦੇ ਉੱਤੇ ਦੂਜੇ ਧਰਮਾਂ ਤੇ ਜ਼ੁਲਮ ਕਰਦੇ ਸਨ ਮੰਦਰ ਟਾਏ ਜਾ ਰਹੇ ਸਨ ਜਿੰਨੇ ਵੀ ਭਾਰਤੀ ਸੰਸਕ੍ਰਿਤੀ ਦੇ ਪੂਜਨਿਕ ਪਹਿਲੂ ਸਾਨੂੰ ਉਹਨਾਂ ਨੂੰ ਕੱਖਾਂ ਕਰਿਆ ਵਾ ਗੁੜਾਇਆ ਜਾ ਰਿਹਾ ਸੀ ਇਸਲਾਮੀ ਕਦਰਾਂ ਕੀਮਤਾਂ ਨੂੰ ਹਾਵੀ ਕੀਤਾ ਜਾ ਰਿਹਾ ਸੀ ਭਾਰਤੀ ਆਤਮਾ ਦੇ ਵਿੱਚ ਰਾਗ ਵਸਿਆ ਹੋਇਆ ਭਾਰਤੀ ਆਤਮਾ ਚ ਕਪਤਾ ਵਸੀ ਹੋਈ ਹੈ ਕਪਤਾ ਦਾ ਜਨਮ ਹੀ ਭਾਰਤੀ ਧਰਤੀ ਤੇ ਹੋਇਆ ਹੈ ਪਹਿਲੇ ਕੋਈ ਭਗਵਾਨ ਬਾਲ ਵੀਕ ਸਨ ਪਹਿਲੀਆਂ ਬਲੀਆਂ ਰਚਨਾਵਾਂ ਰਿਗਵੇਦ ਵਰਗੀਆਂ ਸਨ ਕਪਤਾ ਦੇ ਰੂਪ ਜਿਵੇਂ ਸਨ ਹੋਰ ਪਹਿਲੇ ਬਲੇ ਮਹਾਕਾਵੇ ਬੇਸ਼ੱਕ ਮਹਾਭਾਰਤ ਦੇ ਬੇਸ਼ੱਕ ਰਮੈਣ ਕਪਤਾ ਦੇ ਵਿੱਚੋਂ ਭਾਰਤੀ ਧਰਤੀ ਤੇ ਲਿਖਿਆ ਗਿਆ ਸੋ ਭਾਰ ਦੀ ਧਰਤੀ 'ਚ ਕਪਤਾ ਵਸੀ ਹੋਈ ਆ ਰਾਗ ਵਸਿਆ ਹੋਇਆ। ਸਵਿੰਦਨ ਸ਼ੀਲਤਾ ਵਸੀ ਹੋਈ ਆ ਤੇ ਉਸ ਰਾਗ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਸਨ। ਉਸ ਕਪਤਾ ਦੇ ਉੱਤੇ ਪਾਬੰਦੀਆਂ ਲਾਈਆਂ। ਉਹਨਾਂ ਕਪਤਾ ਦੇ ਗ੍ਰੰਥਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ। ਉਸ ਰਾਗ ਨੂੰ ਨਸ਼ਟ ਕੀਤਾ ਜਾ ਰਿਹਾ ਸੀ। ਰਾਗ 'ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਸਨ। ਤੇ ਨਵੇਂ ਮੰਦਰ ਬਣਾਉਣ ਤੇ ਪਾਬੰਦੀਆਂ ਸਨ। ਸੋ ਸਤਗੁਰੂ ਜੀ ਨੇ ਉਸ ਜਿਹੜੀ ਬਾਰੋ ਆ ਕੇ ਵਿਦੇਸ਼ੀ ਧਾਰਤ ਵੀ ਜਿਹੜੇ ਆ ਕੇ ਭਾਰਤੀ ਸੰਸਕ੍ਰਿਤੀ ਨੂੰ ਤਬਾਹ ਕਰ ਰਹੇ ਸਨ ਤੇ ਨਵੇਂ ਮੰਦਰ ਬਣਾਉਣ ਤੇ ਪਾਬੰਦੀਆਂ ਸਨ ਪਰ ਸਤਗੁਰੂ ਹਰ ਮੰਦਰ ਸਾਜ ਰਹੇ ਸਨ। ਸਤਗੁਰੂ ਜੀ ਦੇ ਹਰ ਮੰਦਰ ਸਾਜੇ। ਸਤਗੁਰੂ ਜੀ ਉਹ ਜਿੱਥੇ 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 ਵੀ ਸਤਗੁਰੂ ਬੈਠੇ ਉੱਥੇ ਉੱਥੇ ਹੀ ਹਰਿ ਮੰਦਰ ਦੀ ਸਿਰਜਣਾ ਕਰ ਦਿੱਤੀ। ਉੱਥੇ ਉੱਥੇ ਹੀ ਗੁਰਦੁਆਰੇ ਧਰਮਸ਼ਾਲਾ ਕਾਇਮ ਕਰ ਦਿੱਤੀ। ਧਾਰਮਿਕ ਅਦਾਰੇ ਤਬਾਹ ਕੀਤੇ ਜਾ ਰਹੇ ਸਨ ਭਾਰਦੀ। ਸੰਸਕ੍ਰਿਤੀ ਦੀ ਗੱਲ ਕਰਨ ਵਾਲੇ ਸਤਗੁਰੂ ਧਰਮਸ਼ਾਲਾ ਕਾਇਮ ਕਰ ਰਾਗ ਖਤਮ ਕੀਤਾ ਜਾ ਰਿਹਾ ਸੀ ਸਤਿਗੁਰੂ ਆਪ ਗੁਰੂ ਨਾਨਕ ਦੇਵ ਜੀ ਪੂਰੇ ਦੇਸ਼ ਚ ਘੁੰਮ ਕੇ ਚੋਣਵਾ ਅਧਿਆਤਮਕ ਰਾਗ ਜਿਹੜਾ ਸੀ ਸਿਖਰ ਦੀ ਜਿਹੜੀ ਗੱਲ ਸੀ ਜਿਹੜੀ ਤੁਰ ਕੀ ਸੀ ਗੱਲ ਤੁਰ ਧਰਤੀ ਦੀ ਗੱਲ ਸੀ ਜਿਹੜੀ ਤੁਰ ਆਕਾਸ਼ ਦੀ ਗੱਲ ਸੀ ਤੁਰ ਹਿਰਦੇ ਦੀ ਗੱਲ ਸੀ ਜਿਹੜੀ ਜਿਹੜੀ ਤੁਰ ਦੀ ਗੱਲ ਸੀਗੀ ਉਹਨਾਂ ਸਾਰੇ ਰਾਗਾਂ ਨੂੰ ਇਕੱਠੇ ਕਰਕੇ ਤੁਰ ਕੀ ਬਣੀ ਇਕੱਠਾ ਇਕੱਠਾ ਕਰ ਰਹੇ ਸਨ ਉਹਨੂੰ ਇਸ ਤਰ੍ਹਾਂ ਨਾਲ ਗ੍ਰੰਥ ਦੇ ਵਿੱਚ ਪੁਰਵਾਇਆ ਸਨ ਗੁਰੂ ਅਰਜਨ ਦੇਵ ਜੀ ਕਿ ਉਹਦੇ ਵਿੱਚ ਕੋਈ ਰਲਾਣਾ ਕਰ ਸਕੇ ਉਹਨੂੰ ਕੋਈ ਉਹਨੂੰ ਕੋਈ ਮੀਟ ਨਾ ਸਕੇ ਆਪਣੀ ਕੁਰਬਾਨੀ ਦੇ ਦਿੱਤੀ ਪਰ ਰਾਗ ਨਹੀਂ ਮਿਟਣ ਦਿੱਤੇ ਆਪਣੀ ਕੁਰਬਾਨੀ ਦੇ ਦਿੱਤੀ ਪਰ ਭਾਰਤੀ ਲੋਕ ਧਾਰਾ ਦਾ ਸਭ ਤੋਂ ਵੱਡਾ ਸਰੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਤਿਆਰ ਕਰ ਦਿੱਤਾ ਪਰ ਜਿਹੜੀ ਜਿਹੜੇ ਵਿਦੇਸ਼ੀ ਧਾਰ ਵੀ ਕਹ ਰਹੇ ਸਨ ਕਿ ਤੁਸੀਂ ਸਿਰ ਤੇ ਵੱਡੀ ਦਸਤਾਰ ਨਹੀਂ ਸਜਾ ਸਕਦੇ ਕਿਉਂ ਯੋਧੇ ਸਜਾਉਂਦੇ ਨੇ ਵੱਡੀਆਂ ਵੱਡੀਆਂ ਦਸਤਾਰਾਂ ਦੁਮਾਲੇ ਨੰਗੇ ਸਿਰ ਰਹਿਣਾ ਪਿੰਡਾਂ ਪੜ ਦੇ ਵਿੱਚ ਵਸਦੇ ਹੋਏ ਜਿਹੜੇ ਲੋਕ ਕਾਮੇ ਬਣਾ ਕੇ ਰੱਖਣਾ ਚਾਹੁੰਦੇ ਸੀ ਜਾਨੀ ਜਿਹੜੇ ਭਾਈਚਾਰਿਆਂ ਨੂੰ ਉਹਨਾਂ ਨੂੰ ਕਹਿੰਦੇ ਤੁਸੀਂ ਦਸਤਾਰ ਨਹੀਂ ਸਜਾ ਸਕਦੇ ਨੰਗੇ ਸਿਰ ਰਹਿਣ ਦੀ ਹੁਕਮ ਕਰਦੇ ਹੁੰਦੇ ਸਨ ਵੈਸ਼ ਜਿਹੜਾ ਸੀ ਉਹ 5 ਗਾਜ ਤੋਂ ਵੱਡੀ ਦਸਤਾਰ ਨਹੀਂ ਸਜਾ ਸਕਦਾ ਕਛਤ ਦੀ ਜਿਹੜਾ ਸੀ ਉਹ ਦਮਾਲਾ ਸਜਾ ਸਕਦਾ ਸੀਗਾ ਵੱਡਾ ਕੋਈ ਜੰਗ ਦੇ ਮੈਦਾਨ ਚ ਜਾਣਾ ਉਹਤੇ ਕੋਈ ਬੰਦੀ ਨਹੀਂ ਛੂਦਰ ਤੇ ਵੈਸ਼ ਉੱਤੇ ਪਾਬੰਦੀ ਸੀ ਸਵਾ ਗਾਜ ਸਵਾ 5 ਗਾਜ ਤੋਂ ਜ਼ਿਆਦਾ ਇਹ ਸਾਫਾ ਵੱਡਾ ਵੈਸ਼ ਨਹੀਂ ਸੀ ਬਣ ਸਕਦਾ ਛੂਦਰ ਨੂੰ ਨੰਗੇ ਸਿਰ ਰਹਿਣਾ ਪੈਂਦਾ ਸੀ ਤਾਕੇ ਨਿਸ਼ਾਨੀ ਬਣ ਰੇ ਨੰਗੇ ਸਿਰ ਤੇ ਤੇ ਇਹੀ ਗੱਲ ਆ ਕੇ ਬਾਹਰਲੇ ਹੱਕ ਬਣ ਕਰਨੀ ਸ਼ੁਰੂ ਕਰ ਦਿੱਤੀ ਨੰਗਾ ਸਿਰ ਗੁਲਾਮੀ ਦੀ ਨਿਸ਼ਾਨੀ ਹੈ ਤੇ ਸਤਗੁਰ ਨੇ ਆਖਿਆ ਦੀ ਨੰਗੇ ਸਿਰ ਰਹਿਣਾ ਹੀ ਨਹੀਂ ਦਸਤਾਨਾ ਸਜਾਉਣੀਆਂ ਨੇ ਦਮਾਲੇ ਸਜਾਉਣੇ ਨੇ ਤੇ ਜਦੋਂ ਕਿਤੇ ਵਾਰਾਂ ਗਾਉਣ ਲੱਗਿਆਂ ਤੇ ਉਦੋਂ ਵੀ ਵਾਰ ਨਥੇ ਅਬਦੁੱਲੇ ਨੇ ਗਾਤਾ ਪੱਗ ਤੇਰੀ ਕੀ ਜਹਾਂਗੀਰ ਦੀ ਹਾ ਹਾ ਹਰਗੋ ਬੰਦ ਸਾਹਿਬ ਤੇਰੀ ਜਿਹੜੀ ਦਸਤਾਰ ਹੈ ਤੇਰੀ ਜਿਹੜੀ ਪੱਗ ਹੈ ਉਹ ਜਹਾਂਗੀਰ ਦੀ ਪੱਗ ਨਾਲੋਂ ਜਹਾਂਗੀਰ ਤੇ ਤਾਈ ਨਾਲੋਂ ਜ਼ਿਆਦਾ ਸੋਹਣੀ ਹੈ ਜ਼ਿਆਦਾ ਖੂਬਸੂਰਤ ਹੈ ਜ਼ਿਆਦਾ ਵੱਡੀ ਹੈ ਸਤਗੁਰੂ ਦੇ ਦਸਤਾਰ ਕਿਉਂ ਸੁਜਾਉਣ ਦੇ ਵੀ ਹੁਕਮ ਦੇ ਦਿੱਤੇ ਘੋੜੇ ਤੇ ਨਹੀਂ ਸੀ ਚੜ ਸਕਦਾ ਭਰਦਾ ਮਨੁੱਖ ਸ਼ਸਤਰ ਨਹੀਂ ਸੀ ਕੋ ਰੱਖ ਸਕਦਾ ਭਰਦਾ ਮਨੁੱਖ ਸਤਗੁਰੂ ਨੇ ਆਖਿਆ ਸ਼ਸਤਰ ਵੀ ਰੱਖਣੇ ਨੇ ਸ਼ਸਤਰ ਵਿਦਿਆ ਵੀ ਲੈਣੀ ਹੈ ਸ਼ਸਤਰਾਂ ਦਾ ਅਭਿਆਸ ਵੀ ਕਰਨਾ ਹੈ ਘੋੜਸਵਾਰੀ ਵੀ ਕਰਨੀ ਹੈ ਘੋੜੇ ਵੀ ਰੱਖਣੇ ਨੇ ਘੋੜੇ ਪਾਲਨੇ ਵੀ ਨੇ ਘੋੜਿਆਂ ਦਾ ਵਪਾਰ ਵੀ ਕਰਨਾ ਹੈ ਘੋੜਿਆਂ ਦੀ ਸਵਾਰੀ ਵੀ ਕਰਨੀ ਤੋ ਸਤਗੁਰ ਨੇ ਜਿਹੜੀ ਜਿਹੜੀਆਂ ਪਾਬੰਦੀਆਂ ਵਿਦੇਸ਼ੀ ਹਾਕਮਾਂ ਵੱਲੋਂ ਵਿਦੇਸ਼ੀ ਧਾੜਵੀ ਜਿਹੜੇ ਹੱਕ ਮੜ ਗਏ ਉਹਨਾਂ ਨੂੰ ਲਾਈਆਂ ਜਾ ਰਹੀਆਂ ਸਨ ਉਹਨਾਂ ਦੇ ਮੁਕਾਬਲੇ 'ਚ ਹੁਕਮ ਜਾਰੀ ਕੀਤਾ ਤਾਂ ਕਿ ਸਿੱਖ ਦੀ ਸੁਤੰਤਰ ਹੋਣਦ ਬਣੀ ਰਹੇ ਬੜੇ ਬੈਲੂ ਨੇ ਇੱਕ ਪਹਿਲਾਂ ਮੈਂ ਬਿੱਦੂ ਆਖਿਆ ਕਿ ਜੁੱਧ ਦੀ ਤਿਆਰੀ ਰੱਖਣ ਲਈ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦਾ ਅਭਿਆਸ ਜ਼ਰੂਰੀ ਹੈ ਜੁੱਧ ਨੂੰ ਜੇ ਦੂਰ ਤੱਕ ਟਾਲਣਾ ਚਾਹੁੰਦੇ ਹੋ ਤੇ ਸ਼ਸਤਰ ਵਿੱਦਿਆ ਦਾ ਤੇ ਘੋੜਸਵਾਰੀ ਦਾ ਅਭਿਆਸ ਕਰਨਾ ਹੀ ਪੈਗਾ ਪਰ ਕਿਉਂਕਿ ਗੁਲਾਮ ਤੁਹਾਨੂੰ ਸਮਝ ਕੇ ਤੁਹਾਡੇ ਉੱਤੇ ਹੁਕਮ ਕੀਤੇ ਜਾ ਰਹੇ ਨੇ ਤੁਹਾਨੂੰ ਗੁਲਾਮ ਤੁਹਾਡੀ ਧਰਤੀ ਦੇ ਉੱਤੇ ਜਿਹੜੀ ਤੁਹਾਡੀ ਜਨਮ ਦاتی ਹੈ ਤੁਹਾਡਾ ਵਿਰਸਾ ਹੈ ਜਿੱਥੇ ਤੁਹਾਡਾ ਵਿਰਸਾ ਜਿੱਥੇ ਪੜਮਿਆ ਪਣ ਪਿਆ ਹੈ ਜਿੱਥੇ ਤੁਹਾਡੀ ਪਰੰਪਰਾਗਤ ਵਿਕਾਸ ਹੋਇਆ ਹੈ ਜਿੱਥੇ ਉੱਥੇ ਤੁਹਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਸੀਂ ਉਹ ਹੁਕਮ ਨਹੀਂ ਮੰਨਨੇ ਫਿਰ 17 20 ਰੱਖਣੀਆਂ ਨੇ ਦਮਾਲੇ 20 ਸਜਾਉਣੇ ਨੇ ਘੋੜਸਵਾਰੀਆਂ 20 ਕਰਨੀਆਂ ਨੇ ਹਥਿਆਰ 20 ਰੱਖਣੇ ਨੇ ਸ਼ਸਤਰ ਵਿੱਦਿਆ ਦਾ ਅਭਿਆਸ 20 ਕਰਨਾ ਹੈ ਘੋੜਸਵਾਰੀ ਦਾ ਅਭਿਆਸ 20 ਕਰਨਾ ਹੈ ਔਰ ਜਦੋਂ ਕਿ ਇਹਨਾਂ ਹੁਕਮਾਂ ਦੇ ਨਾਲ ਜੁੜ ਕੇ ਗੁਰੂ ਸਤਿ ਸਾਹਿਬ ਦੇ 52 ਕਵੀਆਂ ਚੋਂ ਸਰਮੋਰ ਕਵੀ ਭਾਈ ਨੰਦ ਲਾਲ ਜੀ ਉਹ ਤਨਖਾਹਨਾਮੇ ਚ ਕਹਿੰਦੇ ਨੇ ਭਈ ਸਤ ਗੁਰੂ ਦਾ ਇੱਕ ਘੋੜਸਵਾਰੀ ਕਰਨੀ ਅਭਿਆਸ ਕਰਨਾ ਤੇ ਉਹ ਕਹਿੰਦੇ ਖਾਲਸਾ ਸੋਏ ਜੋ ਚੜੇ ਤਰੰਗ ਖਾਲਸਾ ਹੈ ਹੀ ਉਹ ਜਿਹੜਾ ਘੋੜੇ ਤੇ ਚੜਦਾ ਤਰੰਗ ਘੋੜਾ ਉਹ ਜਿਹੜਾ ਘੋੜਸਵਾਰੀ ਦਾ ਅਭਿਆਸ ਨਹੀਂ ਕਰ ਸਕਦਾ ਕਹਦਾ ਖਾਲਸਾ ਉਸ ਸਮੇਂ ਦੇ ਹਾਲਾਤ ਦੇ ਮੁਤਾਬਕ ਖਾਲਸਾ ਸੋਏ ਜੋ ਚੜੇ ਤਰੰਗ ਖਾਲਸਾ ਸੋਏ ਕਰੇ ਨਿਤ ਜੰਗ ਖਾਲਸਾ ਉਹ ਜਿਹੜਾ ਨਿਤ ਜੰਗ ਦਾ ਅਭਿਆਸ ਕਰਦਾ ਰਹੇ ਨਿਤ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਨਿਤ ਜੰਗ ਕਰਨੀ ਨਹੀਂ ਜਾਨ ਨੂੰ ਤਾਂ ਖੀਰ ਲਈ ਵਸੀਲੇ ਤਾਂ ਕਟਾ ਲੈਣਾ ਹੈ ਪਰ ਖਾਲਸਾ ਸੋਇ ਜੋ ਨਿਤ ਕਰੇ ਜੰਗ ਨਿਤ ਜੰਗ ਦਾ ਅਭਿਆਸ ਕਰਦਾ ਰਹੇ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇ ਜਿਹਦੇ ਬੱਚਤ ਸਤਗੁਰੂ ਨੇ ਆਖਿਆ ਇਹ ਆਦੇਸ਼ ਜਿਹੜੇ ਸਨ ਸਤਗੁਰੂ ਨੇ ਸਿੱਖ ਨੂੰ ਸੁਚੇਤ ਚਤਨ ਰਹਿਣ ਲਈ ਕੀਤੀ ਸੀ ਕਿ ਤਿਆਰਬਰ ਤਿਆਰ ਰਹਿ ਸਕੇ ਔਰ ਇਹਦੀ ਲੋੜ ਵੱਡੀ ਲੋੜ ਆਪਾਂ ਪਿਛਲੇ ਬਚਨਾਂ ਜੀ ਵੀ ਗੱਲ ਕੀਤੀ ਸੀ ਪੰਜਵੇਂ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਵੀ ਇਹ ਲੋੜ ਪਰਪੱਕ ਹੋ ਗਈ ਸੀ ਕਿਉਂਕਿ ਸਿੱਖਾਂ ਨੇ ਸਿੱਖ ਗੁਰੂ ਸਾਹਿਬਾਨ ਨੇ ਗੱਲ ਸਮਝ ਲਈ ਸੀ ਸਿੱਖਾਂ ਨੇ ਸਮਝੀ ਸੀ ਕਿ ਜੇ ਸਿੱਖ ਉਦੋਂ ਗੁਰੂ ਅਰਜਨ ਦੇਵ ਜੀ ਦੀ ਜਦੋਂ ਸ਼ਹਾਦਤ ਹੋਈ ਜਦੋਂ ਨਜ਼ਰਬੰਦੀ ਦੇ ਹੁਕਮ ਕੀਤੇਗਾ ਲਾਹੌਰ ਜੁ ਬੈਠ ਕੇ ਜਹਾਂਗੀਰ ਨੇ ਮਰਤਜ਼ਾ ਖਾਨ ਜਦੋਂ ਅਮਰਸਰ ਸਨੇਹਾ ਲੈ ਕੇ ਗਿਆ ਜੇ ਉਦੋਂ ਸਿੱਖਾਂ ਨੇ ਕਿਤੇ ਆਪਣੇ ਕਿਲੇ ਬਣਾਏ ਹੁੰਦੇ ਜੇ ਉਦੋਂ ਕਿਤੇ ਸਿੱਖਾਂ ਨੇ ਆਪਣੀਆਂ ਫੌਜਾਂ ਖੜੀਆਂ ਕੀਤੀਆਂ ਹੁੰਦੀਆਂ ਜੇ ਸਿੱਖਾਂ ਕੋਲ ਉਦੋਂ ਕਿਤੇ ਫੌਜੀ ਤਾਕਤ ਹੁੰਦੀ ਫੌਜੀ ਤਾਕਤ ਹੁੰਦੀ ਹਥਿਆਰ ਵਾਲੇ ਹਥਿਆਰ ਖੜੇ ਕੀਤੇ ਹੁੰਦੇ ਹਜ਼ਾਰਾਂ ਦਾ ਜਖੀਰਾ ਖੜਾ ਕੀਤਾ ਹੁੰਦਾ ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਐਡੀ ਛੇਤੀ ਸ਼ਹੀਦ ਨਹੀਂ ਸੀ ਕੀਤਾ ਜਾ ਸਕਦਾ ਤਤੀ ਤਵੀ ਤਿੱਤੀ ਦੇ ਤਦ ਤੁਸੀਂ ਇਹ ਨਹੀਂ ਦਿੱਤੇ ਜਾ ਸਕਦੇ ਸੀ ਦੇਖ ਚੋ ਬਾਲਿਆ ਨਹੀਂ ਸੀ ਜਾ ਸਕਦਾ ਛੋੜ ਲਈ ਬੇਸ਼ੱਕ ਹੋਇਆ ਸਤ ਸਭ ਕੁ ਸਤਗੁਰੂ ਦੀ ਮਰਜ਼ੀ ਨਾਲ ਸਤਗੁਰੂ ਨੇ ਦੁਨੀਆ ਨੂੰ ਸਿੱਖਿਆ ਦੇਣੀ ਸੀ ਆਪਣੀ ਸ਼ਾਹ ਦਿੰਦਾ ਦਿੱਤੀ ਬੇਸ਼ੱਕ ਪਰ ਉਦੋਂ ਤੋਂ ਲੈ ਕੇ ਸਿੱਖਾਣੇ ਸੋਚ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਸ਼ ਵੀ ਦੇ ਦਿੱਤੇ ਕੋੜਾ ਵੀ ਰੱਖਣਾ ਹੈ ਸ਼ਸਤਰ ਵੀ ਰੱਖਣਾ ਹੈ ਚੰਗਾ ਨੌਜਵਾਨ ਚੰਗਾ ਕੋੜਾ ਚੰਗਾ ਸ਼ਸਤਰ ਗੁਰੂ ਦੀ ਪਸੰਦ ਹੈ ਪਹਿਲੀ ਪਸੰਦ ਹੈ ਫੌਜਾ ਵੀ ਉਦੋਂ ਕਹਿਣਾ ਉਦੋਂ ਤੋਂ ਤਾਂ ਗੱਲ ਸ਼ੁਰੂ ਹੋ ਗਈ ਸੀ ਪਰ ਉਦੋਂ ਤੋਂ ਲੈ ਕੇ ਜਿਹੜਾ ਜੰਗੀ ਅਭਿਆਸ ਸਿੱਖਾਣੇ ਕੀਤਾ ਉਹਨੂੰ ਮੈਦਾਨੇ ਜੰਗ ਵਿੱਚ ਪਰਖੇ ਵੀ ਦੇਖ ਲਿਆ ਚਾਰ ਵਾਰੀ ਮੁਗਲੀਆਂ ਫੌਜਾਂ ਚੜ੍ਹ ਕੇ ਗੁਰੂ ਘਰ ਤੇ ਹਮਲਾਵਰ ਹੋਈਆਂ ਪਹਿਲਾ ਹਮਲਾ ਅੰਮ੍ਰਿਤਸਰ ਉਤੇ ਕੀਤਾ ਗਿਆ ਦੂਜਾ ਹਰਗੋਬਿੰਦਪੁਰੇ ਤੇ ਕੀਤਾ ਗਿਆ ਤੀਜਾ ਕਰਤਾਰਪੁਰ ਤੇ ਕੀਤਾ ਗਿਆ ਚੌਥਾ ਮਹਿਰਾਜ ਵਿੱਚ ਕੀਤਾ ਗਿਆ ਚਾਰੇ ਜੰਗਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਜੰਗਾਂ ਲੜੀਆਂ ਚਾਰੇ ਜੰਗਾਂ ਦੇ ਵਿੱਚ ਮੁਗਲ ਸਨਾਪਤੀਆਂ ਨੂੰ ਹਰਾਇਆ ਮੁਗਲ ਫੌਜਾਂ ਨੂੰ ਹਰਾਇਆ ਤੇ ਇਹ ਗੱਲ ਜਿਹੜਾ ਲੋਕਾਂ ਦੇ ਮਨਾਂ ਵਿੱਚ ਵਹਿਮ ਪਾ ਗਿਆ ਹੋਇਆ ਸੀਗਾ ਕਿ ਮੁਗਲ ਫੌਜਾਂ ਤਾਂ ਹੈ ਹੀ ਜਿੱਤ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਉਹਨਾਂ ਦੇ ਜਿੱਤ ਹੋਣ ਦਾ ਭਰਮ ਵੀ ਸਤਗੁਰੂ ਨੇ ਤੋੜਿਆ घोड़ सवारी की तैयारी करा के पौ। घोड़ सवारी का अभ्यास कराकर विद्या का अभ्यास विद्या कीनी शुरू की दसवें पातशाह तक पहुंचद पहुंचद्या सिक दरदारी घोड़े की सवारी सिख दे हथेज कटारी एक सदारी बन गई सिख दरदारी घोड़े की सवारी ਹੱਥ ਵਿੱਚ ਤੇਜ਼ ਕੁਟਾਰੀ ਇਹਨਾਂ ਦੀ ਬਣ ਗਈ ਸਾਂਝੇਦਾਰੀ ਤੇ ਜਦੋਂ ਇਹ ਸਾਂਝੇਦਾਰੀ ਬਣੀ ਉਸ ਤੋਂ ਬਾਅਦ ਚ ਫਿਰ ਕਿੱਥੇ ਤਾਂ ਪਹਿਲਾਂ ਕੋਈ ਸੈਂਕੜੇ ਘੋੜਸਵਾਰ ਚੜ ਕੇ ਆਉਂਦੇ ਤੇ ਖੈਬਰ ਦੇ ਦਰੇ ਤੋਂ ਲੈ ਕੇ ਦਿੱਲੀ ਤੱਕ ਲੁੱਟਦੇ ਤੁਰੇ ਜਾਂਦੇ ਤੇ ਕਿੱਥੇ ਜਦੋਂ ਸਿੱਖ ਦੀ ਸਰਦਾਰੀ ਘੋੜੇ ਦੀ ਸਵਾਰੀ ਤੇਜ਼ ਕੁਟਾਰੀ ਦੀ ਆਪਸ ਵਿੱਚ ਸਾਂਝੇਦਾਰੀ ਬਣੀ ਤੇ ਫਿਰ ਭਾਵੇਂ ਗਿਣਤੀ ਸਾਡੀ 8-10 ਹਜ਼ਾਰ ਦੀ ਰਹੀ ਪਰ ਜਿਹੜੇ 1 ਲੱਖ ਦਾ ਮਲਖਈਆ ਵੀ ਚੜ ਕੇ ਆਇਆ ਉਹਨੂੰ ਖੈਬਰ ਨਹੀਂ ਟੱਪਣ ਦਿੱਤਾ ਉਹਨੂੰ ਪਿਸ਼ਾਵਰ ਨਹੀਂ ਟੱਪਣ ਦਿੱਤਾ ਉਹਨੂੰ ਖੈਬਰ ਪਾਰ ਕਰਾ ਕੇ ਜਮਰੋਦ ਦੇ ਉੱਤੇ ਜਾ ਕੇ ਹਰੀ ਸਿੰਘ ਨਲੂ ਨੇ ਕਲਾ ਬਣਾਤਾ ਕਿ ਅਬੂਆਜ ਤੋਂ ਬੰਦ ਤੇ ਜਦੋਂ ਹਰੀ ਸਿੰਘ ਨਲੂ ਨੇ ਇੱਕ ਵਾਰੀ ਬੰਦ ਕਰ ਦਿੱਤਾ ਫਿਰ ਬੰਦ ਹੋ ਗਿਆ ਜੇ ਖੈਬਰ ਦੇ ਦਰੇ ਵੱਲੋਂ ਕਿਤੇ ਹਮਲੇ ਹੋਣੇ ਬੰਦ ਹੋਏ ਜਿਹੜੇ ਦਰਿਆ ਵੱਲੋਂ ਚੜ੍ਹ ਚੜ੍ਹ ਕੇ ਹਮਲਾਵਰ ਆਉਂਦੇ ਰਹਾ ਪਹਿਲਾਂ ਹਿੰਦੁਸਤਾਨ ਨੂੰ ਲੁੱਟਦੇ ਰਹਾ ਗਜਨਵੀ ਸ਼ੋਮਨਾਥ ਦੇ ਮੰਦਰ ਤੱਕ ਗੁਜਰਾਤ ਤੱਕ ਚਲੇ ਗਿਆ ਇਧਰ ਦੀ ਬਣਾ ਕੇ ਕੋਈ ਡੱਕਣ ਵਾਲਾ ਨਹੀਂ ਸੀ 17 17 ਵਾਰ ਇੱਕ ਇੱਕ ਗਜਨੀ ਵਰਗਾ ਬੰਦਾ ਹਮਲਾਵਰ ਹੋਇਆ ਅਬਦਾਲੀ ਨੇ 8 8 ਹਮਲੇ ਕੀਤੇ ਪਰ ਜਦੋਂ ਖਾਲਸੇ ਨੇ ਘੋੜੇ ਦੀ ਸਵਾਰੀ ਤੇਜ ਕਟਾਰੀ ਦੀ ਸਾਂਝੇਦਾਰੀ ਦੇ ਨਾਲ ਆਪਣੀ ਸਰਦਾਰੀ ਦਿਖਾਉਣੀ ਸ਼ੁਰੂ ਕੀਤੀ ਤਾਂ ਖੈਬਰ ਦਾ ਦਰਵਾਜ਼ਾ ਬੰਦ ਹੋ ਗਿਆ ਇਹ ਹਮਲੇ ਬੰਦ ਹੋਣੇ ਸ਼ੁਰੂ ਹੋਏ ਪਰ ਉਹ ਪ੍ਰਤੀਏ ਦੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੋ ਅੱਜ ਤੱਕ ਕਾਇਮ ਹੈ ਸਾਡੀ ਯੁੱਧ ਮੈਦਾਨ ਦੇ ਵਿੱਚ ਸਿੱਖਾਂ ਵਰਗਾ ਯੋਧਾ ਕੋਈ ਨਹੀਂ ਪਹਿਲਾਂ ਲੜਨਾ ਨਹੀਂ ਚਾਹੁੰਦੇ ਜਦੋਂ ਟਾਲਣਾ ਚਾਹੁੰਦੇ ਨੇ ਅਖੀਰਲੇ ਹੱਦ ਤੱਕ ਜਦੋਂ ਟਾਲਣਾ ਚਾਹੁੰਦੇ ਨੇ ਪਰ ਜਦੋਂ ਲੜਨਾ ਪਿਆ ਫਿਰ ਆਖਰੀ ਸਾਹ ਤੱਕ ਲੜਨ ਵਾਲੀ ਗੱਲ ਸਤਗੁਰ ਦੀ ਯਾਦ ਹੈ। ਔਰ ਭਾਈ ਦੇਸਾ ਸਿੰਘ ਨੇ ਰਾਤਨਾਮੇ ਦੇ ਵਿੱਚ ਸਿੱਖ ਦੇ ਹਿੱਸੇ ਸੁਭਾ ਨਾਲ ਜੁੜ ਕੇ ਗੁਰੂ ਸਾਹਿਬ ਦੇ ਇਸ ਹੁਕਮ ਨਾਲ ਜੁੜ ਕੇ ਜਿਹੜਾ ਤੀਵਾਂ ਹੁਕਮ ਹੈ ਸ਼ਸਤਰ ਵਿਦਿਆ ਤੇ ਘੋੜੀ ਦੀ ਸਵਾਰੀ ਦਾ ਅਭਿਆਸ ਕਰਨਾ ਉਹਦੇ ਨਾਲ ਜੁੜ ਕੇ ਭਾਈ ਦੇਸਾ ਸਿੰਘ ਜਿਹੜਾ ਕਿ ਹਜ਼ੂਰੀ ਕਬੀਰ ਸੀ ਸਤਗੁਰ ਦਾ। ਹਜ਼ੂਰੀ ਰਾਤਨਾਮਾ ਜਿੰਨੇ ਲਿਖਿਆ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਸੀਗਾ ਉਹ ਕਹਿੰਦਾ ਸਿੱਖ ਦੀ ਰਹਿਤ ਦੀ ਗੱਲ ਕਰਦਾ ਸ਼ਸਤਰਹੀਨ ਇਹ ਕਬੂਨਾ ਹੋਈ ਇਹਨੇ ਸ਼ਸਤਰ ਤੋਂ ਬੜਾ ਕਦੀ ਨਹੀਂ ਹੋਣਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਰਹਿਤਵੰਤ ਖਾਲਸਾ ਹੈ ਸੋਈ ਜਿਹੜਾ ਸ਼ਸਤਰਾਂ ਤੋਂ ਹੀਨਾ ਹੋ ਗਿਆ ਜਿਹਨੇ ਸ਼ਸਤਰ ਨਹੀਂ ਧਾਰਨ ਕੀਤਾ ਉਹ ਫੇਰ ਖਾਲਸਾ ਨਹੀਂ ਸ਼ਸਤਰਹੀਨ ਇਹ ਕਬੂਨਾ ਹੋਈ ਰਹਿਤਵੰਤ ਖਾਲਸਾ ਹੈ ਸੋਈ ਰਹਿਤ ਬਹਿਤ ਨਾ ਕਬੂ ਤਿਆਗੇ ਸਾਨਮੁਖ ਲੜੇ ਨਾ ਰਣ ਤੇ ਭਾਗੇ ਜਦੋਂ ਲੜਨਾ ਹੀ ਪੈ ਗਿਆ ਫਿਰ ਸਾਨਮੁਖੋ ਕੇ ਲੜਦਾ ਹੈ ਜੰਗ ਦੇ ਮੈਦਾਨ ਚੋਂ ਭਜਦਾ ਨਹੀਂ ਫਿਰ ਆਖਰੀ ਸਾਹ ਤੱਕ ਲੜਨਾ ਹੈ ਜੇ ਲੜਨਾ ਪੈ ਗਿਆ ਫਿਰ ਆਖਰੀ ਸਾਹ ਤੱਕ ਲੜ ਔਰ ਜਦ ਤੱਕ ਜਦੋਂ ਆਖਰੀ ਸਾਹ ਤੱਕ ਪਤਾ ਹੈ ਨਾ ਲੜਨਾ ਹੈ ਤੇ ਫਿਰ ਬੰਦਾ ਲੜਾਈ ਨੂੰ ਤਾਲਦਾ ਵੀ ਹੈ ਜਦ ਤੱਕ ਤਾਲੀ ਜਾ ਸਕੇ ਪਰ ਜਦੋਂ ਸਿਰ ਆ ਪਈ ਹੈ ਫਿਰ ਆਖਰੀ ਸਾਹ ਤੱਕ ਸਾਨਮੁਖ ਲੜੇ ਨਾ ਰਣ ਤੇ ਭਾਗੇ ਰਣ ਤੋਂ ਭਜਣਾ ਨਹੀਂ ਔਰ ਇਹ ਗੱਲ ਜਿਹੜੀ ਸਤਗੁਰ ਕਿੰਨਾ ਪਿਆਰ ਕਰਦੇ ਹੁਣੇ ਸ਼ਸਤਰਾਂ ਨੂੰ ਹਰਗਵਿੰਦ ਸਾਹਿਬ ਦਾ ਪਾਸ਼ਾ ਦੇ ਪਿਆਰ ਦੀ ਤਾਂ ਆਪਾਂ ਗੱਲ ਕੀਤੀ ਸੀ ਨਾ ਸਲਾਹਾਂ ਦੀ ਗੱਲ ਕੀਤੀ ਕਿ ਜਿਹੜਾ ਸ਼ਸਤਰ ਹੈ ਉਹ ਤਖਤ ਦੇ ਉੱਤੇ ਆ ਸਤਗੁਰ ਆਪ ਨਹੀਂ ਮਿਥਾਣੇ ਸ਼ਸਤਰ ਨੂੰ ਆਪਣੇ ਤੋਂ ਉੱਚਾ ਦਰਜਾ ਦਿੱਤਾ ਗੁਰੂ ਹਰਗਵਿੰਦ ਸਾਹਿਬ ਪਾਸ਼ਾ ਨੇ ਸ਼ਸਤਰਨ ਕੇ ਅਧੀਨ ਹੈ ਰਾਜ ਗੁਰੂ ਹੰਗਵਿੰਦ ਸਾਹਿਬ ਪਾਸ਼ਾ ਨੇ ਆਖਿਆ ਜੋ ਨਾ ਤਰੇ ਤੁਸੀਂ ਬਿਗਦੇ ਕਾ ਜਿਹੜਾ ਸ਼ਸਤਰਾਂ ਦਾ ਸਤਕਾਰ ਨਹੀਂ ਕਰਦਾ ਸ਼ਸਤਰ ਨੂੰ ਰੱਖਦਾ ਨਹੀਂ ਉਹਨਾਂ ਦਾ ਕਾਜ ਵਿਗੜ ਜਾਂਦਾ ਹੈ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਆਖ ਦਿੱਤੀ ਸੀ ਪਰ ਕਲਗੀਧਰ ਪਾਸ਼ਾ ਸ਼ਸਤਰ ਨੂੰ ਕਿੰਨਾ ਪਿਆਰ ਕਰਦੇ ਨੇ ਸ਼ਸਤਰਾਂ ਦੇ ਕਿੰਨੇ ਭੇਤੀ ਨੇ ਸ਼ਸਤਰਾਂ ਬਾਰੇ ਕਿੰਨਾ ਜਾਣਦੇ ਨੇ ਸ਼ਸਤਰ ਵਿਦਾਂ ਦੇ ਕਿੰਨੇ ਮਾਰ ਨੇ ਸ਼ਸਤਰਾਂ ਬਾਰੇ ਉਹਨਾਂ ਦਾ ਗਿਆਨਕ ਦਾ ਵਿਸ਼ਾਲ ਹੈ ਉਹਨਾਂ ਨੇ ਸ਼ਸਤਰਮਾਲਾ ਦੇ ਦੋਹਰਿਆਂ ਦੇ ਅੰਦਰ ਵੱਖ-ਵੱਖ ਹਥਿਆਰਾਂ ਦਾ ਜ਼ਿਕਰ ਕੀਤਾ ਤੇ ਸਿਆਣੇ ਕਹਿੰਦੇ ਨੇ ਹਥਿਆਰਾਂ ਦੀ ਗਿਣਤੀ ਨਹੀਂ ਪਰ ਸੈਂਕੜੇ ਹਥਿਆਰਾਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਵੱਖ-ਵੱਖ ਹਥਿਆਰਾਂ ਦਾ ਔਰ ਉਹਨੇ ਜਿੰਨਾ ਸਾਰੇ ਦਾ ਜ਼ਿਕਰ ਕੀਤਾ ਸਤਿਗੁਰੂ ਉਹਨਾਂ ਦੀ ਵਰਤੋਂ ਦਾ ਵੀ ਤਰੀਕਾ ਸਮਝਾਇਆ ਕਰਦੇ ਸਨ ਸੋ ਸੈਂਕੜੇ ਹਥਿਆਰਾਂ ਦੀ ਵਰਤੋਂ ਕਰਨ ਵਾਲ ਔਰ ਕਿਸੇ ਵੀ ਧਾਰ ਦੇ ਵਿੱਚ ਉਹਨਾਂ ਦਾ ਆਸਾਨੀ ਕੋਈ ਨਹੀਂ ਜਦੋਂ ਕਿਰਪਾਨ ਫੜ ਲਿਆ ਫੇ ਕਿਰਪਾਨ ਦਾ ਆਸਾਨੀ ਕੋਈ ਨਹੀਂ ਜਦੋਂ ਤੀਰ کمان ਫੜ ਲਿਆ ਤੀਰ کمان ਦਾ ਆਸਾਨੀ ਕੋਈ ਨਹੀਂ ਉਹਨਾਂ ਦਾ ਆਸਾਨੀ ਕੋਈ ਤੇ ਕਲਗੀਧਰ ਪਾਤਸ਼ਾਹ ਸ਼ਸਤਰਮਾਲਾ ਦੇ ਇੱਕ ਦੋਹਰੇ ਦੇ ਅੰਦਰ ਗੱਲ ਕਰਦੇ ਨੇ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਾਥੀ ਜਹੀ ਹਮਾਰੇ ਪੀਰ ਵੱਖ-ਵੱਖ ਹਥਿਆਰਾਂ ਦੇ ਨਾਂ ਲੈ ਕੇ ਕਿ ਬੇਸ਼ੱਕ ਉਹ ਅਸ ਕਿਰਪਾਨ ਖੰਡੋ ਖੜਗ ਬੇਸ਼ੱਕ ਕਿਰਪਾਨ ਹੈ ਬੇਸ਼ੱਕ ਖੰਡਾ ਹੈ ਬੇਸ਼ੱਕ ਖੜਗ ਹੈ ਬੇਸ਼ੱਕ ਤਪਕ ਹੈ ਤਪਕ ਬੰਦੂਕ ਹੈ ਬੇਸ਼ੱਕ ਤਬਰ ਹੈ ਵੱਡੀ ਬੰਦੂਕ ਹੈ ਔਰ ਤੀਰ ਆ ਬੇਸ਼ੱਕ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਔਰ ਤੀਰ ਸੈਬ ਸਰੋਹੀ ਸਾਥੀ ਇਹ ਵੀ ਹਥਿਆਰਾਂ ਦੇ ਨਾਂ ਯਹੀ ਹਮਾਰੇ ਪੀਰ ਦੇ ਹਥਿਆਰ ਹੀ ਮੇਰੇ ਪੀਰ ਨੇ ਐਡੀ ਮੰਨਤਾ ਸਤਿਗੁਰੂ ਦੇ ਰਿਹਾ ਹਥਿਆਰਾਂ ਕਿਉਂਕਿ ਹਥਿਆਰਾਂ ਤੋਂ ਬਣਾ ਮਨੁੱਖ ਸਤਿਗੁਰੂ ਕਹਿੰਦੇ ਨੇ ਜਿੱਦਾਂ ਦੀ ਭੇਡ ਉਹੋ ਜਿਹਾ ਮਨੁੱਖ ਜਿਹੜਾ ਮਰਜੀ ਉਹਨੂੰ ਫੜ ਕੇ ਲਿਆ ਜਾ ਗਿੱਚੀ ਤੋਂ ਤੇ ਜਦੋਂ ਮਰਜੀ ਉਹਦਾ ਝਟਕਾ ਕਰ ਦੇ। ਹਥਿਆਰ ਹੋਣਗੇ ਤਾਂ ਮਨੁੱਖ ਯੋਦਾ ਬੰਦਾ ਹੈ ਹਥਿਆਰਾਂ ਨਾਲ ਮਨੁੱਖ ਯੋਦਾ। ਹਥਿਆਰ ਤੋਂ ਬਣਾ ਯੋਧੇ ਤੋਂ ਯੋਦਾ ਵੀ ਖਾਲੀ ਇਥੀ ਨਿਰਥਾ ਮਾਰਿਆ ਜਾਂਦਾ ਹੈ। ਸੋ ਸਤਗੁਰੂ ਨੇ ਹਥਿਆਰਾਂ ਦੀ ਗੱਲ ਕੀਤੀ। ਸ਼ਸਤਰ ਵਿਦਿਆ ਤੇ ਘੋੜੀ ਦੀ ਸਵਾਰੀ ਦਾ ਅਭਿਆਸ ਕਰਨਾ ਬਚਿੱਤਰਨਾਟਕ ਦੇ ਤਰਪੰਗੀ ਸੰਦੇ ਵਿੱਚ ਵੀ। ਕਲਗੀਧਰ ਪਾਤਸ਼ਾਹ ਨੇ ਤੇਗ ਦੀ ਕਿਰਪਾਨ ਦੀ ਸਿਫਤ ਕਰਦਿਆ ਹੋਇਆ ਨਾ। ਇਕ ਸਵਿਆ ਗਿਆ ਸਤਿਗੁਰ ਕਹਿੰਦੇ ਖੰਗ ਖੰਡ ਵਿਹੰਡੰਗ ਕਿਰਪਾਾਂ ਦੀ ਸਫ ਦੇ ਵਿੱਚ ਹਥਿਆਰਾਂ ਦੀ ਸਫ ਦੇ ਵਿੱਚ ਖੰਡ ਬਿਹੰਡੰਗ ਖਲ ਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਣ ਪ੍ਰਭੰ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਬਿਕ ਹਰਨੰਗ ਅਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਅਵਾਰਨ ਮੰਮਰ ਪਾਰਨ ਜਾਇ ਤੇਗ ਗੰਗ ਤੇਗ ਦੀ ਜਾਇ ਆ ਕੀ ਸਤਿ ਕਿਉਂ ਤੇਗ ਦੀ ਜਾਇ ਆ ਜਿਹੜੀ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਆ ਉਹ ਤੇਗ ਦੀ ਜਾਇ ਜਿਹੜੀ ਜੁੱਧ ਦੇ ਵਿੱਚ ਸਾਥ ਦਿੰਦੀ ਆ ਕਾਇਰਤਾ ਦੇ ਪਾਪ ਤੋਂ ਬਚਾਉਂਦੀ ਆ ਦੁਰਮਕਤ ਨੂੰ ਦਬਕਾਉਂਦੀ ਆ ਉਹ ਤੇਗ ਦੀ ਜਾਇ ਖੰਡ ਬਿਹੰਡੰ ਖਲਦਲ ਮੰਡੰਗ ਮੂਰਖਾਂ ਦਾ ਮੂਰਖ ਸ਼ਤਰੂਆਂ ਦਾ ਖੰਡ ਖੰਡ ਕਰਨ ਵਾਲੀ ਆ

ਕ੍ਰਪਾਣ ਦੀ ਸਿਫਤ ਕੀਤੀ ਸਤਿਗੁਰੂ ਨੇ ਤੇਗ ਦੀ ਸਿਫਤ ਕੀਤੀ ਸਤਿਗੁਰੂ ਨੇ ਇਹ ਜੈ ਜੈ ਜਗਕਾਰਨ ਮੰਮਪ੍ਰਤ ਪਾਰਨ ਜੈ ਜੈ ਜਗਕਾਰਨ ਸ੍ਰਿਸ਼ਟ ਉਬਾਰਨ ਮੰਮਪ੍ਰਤ ਪਾਰਨ ਜੈ ਤੇਗੰ ਕਿਉਂਕਿ ਜਿਹੜੀ ਕਿਰਪਾਣ ਹੈ ਜਿਹੜੀ ਹਥਿਆਰ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਤੁਹਾਡੇ ਕੋਲ ਹਥਿਆਰ ਵਧੀਆ ਹੋਵੇ ਤਾਂ ਤੁਸੀਂ ਸੰਸਾਰ 'ਚ ਤੁਹਾਡੀ ਜੈ ਜੈਕਾਰ ਕਰਾਉਂਦਾ ਹੈ ਕਿੰਨਾ ਵੱਡਾ ਯੋਧਾ ਹੈ ਇਸ ਸ੍ਰਿਸ਼ਟ ਨੂੰ ਉਬਾਰਨ ਵਾਲਾ ਦੁਸ਼ਟਾਂ ਦੁਖੀਆਂ ਤੋਂ ਬਚਾਉਣ ਵਾਲਾ ਮੰਮਰ ਦਬਾਵਾ ਕਿ ਮੇਰੀ ਵੀ ਪਤਪਾਲਨਾ ਕਰਨ ਵਾਲਾ ਵੀ ਜੈ ਦਿੱਤਾ। ਤੇਗ ਦੀ ਸ਼ਕਤੀ ਕੀ ਸਤਗੁਰੂ ਨੇ ਸੋ ਸਤਗੁਰੂ ਹਥਿਆਰ ਰੱਖਣ ਦੇ ਲਈ ਆਖਿਆ ਕਰਦੇ ਸਾਡੀ ਇੱਕ ਪਰਤ ਹੁੰਦੀ ਸੀ। ਮੈਂ ਬਚਪਨ ਚ ਪਰਤ ਦੇਖੀ ਆਪਣੇ ਪਰਿਵਾਰਾਂ ਚ ਆਪਣੇ ਘਰਾਂ ਪਰਿਵਾਰਾਂ ਦੇ ਚ ਕਿ ਜਦੋਂ ਆਨੰਦਪੁਰ ਜਾਣਾ ਹੈ ਨਾ ਫੋਲਾ ਮੱਲਾ ਦੇਖਣ ਜਾਣਾ ਜਾਂ ਵਿਸਾਖੀ ਤੇ ਜਾਣਾ। ਤੁਹਾਡਾ ਆਨੰਦਪੁਰ ਗਿਆ ਸਫਲ ਤਾਂ ਹੈ ਬਜ਼ੁਰਗ ਆਖਿਆ ਕਰਦੇ ਸੀ ਜੇ ਉਥੋਂ ਕੋਈ ਹਥਿਆਰ ਖੀਦ ਕੇ ਲਿਆਉਂਦਾ। ਤੋ ਹਰ ਸਾਲ ਜਦੋਂ ਹੋਲੇ ਮੱਲੇ ਤੇ ਜਾਣਾ ਉੱਥੋਂ ਹਥਿਆਰ ਜਰੂਰ ਕੋਈ ਨਾ ਕੋਈ ਬਰਸ਼ਾ ਖਰੀਦ ਲਿਆ ਕੋਈ ਨਾ ਕੋਈ ਟਕਵਾ ਖਰੀਦ ਲਿਆ ਕੋਈ ਨਾ ਕੋਈ ਕਿਰਪਾਨ ਖਰੀਦ ਲਈ ਉੱਥੋਂ ਖਰੀਦ ਕੇ ਜਰੂਰ ਲਿਆਉਂਦੇ ਹੁੰਦੇ ਸੀ ਸਾਡੇ ਪਰਵਾਜ਼ ਵਿੱਚ ਪ੍ਰਤ ਸੀਗੀ ਬਜ਼ੁਰਗਾਂ ਤੋਂ ਲੈ ਕੇ ਉਹ ਕਿਉਂਕਿ ਅਸੀਂ ਮਾਝੇ ਵਾਲੇ ਉੱਠ ਕੇ ਪਹਿਲਾਂ ਬਾੜ ਚ ਗਏ ਸੋ ਬਾੜ ਤੋਂ ਉਸਕੇ ਦੁਆਬੇ 'ਚ ਬੈਠੇ ਸਨ ਪਰ ਦੁਆਬੇ ਦੇ 'ਚ ਪ੍ਰਤ ਨਹੀਂ ਸੀ ਦੁਆਬੇ ਵਾਲੇ ਲੋਕਾਂ 'ਚ ਪ੍ਰਤ ਨਹੀਂ ਸੀ ਹਾਲੇ ਕਿ ਅਨੰਦਪੁਰ ਦੁਆਬੇ ਦਾ ਹਿੱਸਾ ਹੈ ਪਰ ਸਤਗੁਰੂ ਦੇ ਵਾਰੀਆਂ ਵੇਲਿਆਂ ਤੋਂ ਲੈ ਕੇ ਪ੍ਰਸਿੱਧ ਅਨੰਦਪੁਰ ਦੇ ਵਿੱਚ ਹਥਿਆਰਾਂ ਦੇ ਕਾਰਖਾਨੇ ਸਨ ਜਿਹੜਾ ਸਿੱਖ ਸਤਗੁਰੂ ਨੂੰ ਮਿਲਣ ਜਾਂਦਾ ਸੀ ਸਤਗੁਰੂ ਦੇ ਉੱਥੇ ਹਥਿਆਰਾਂ ਦੇ ਕਾਰਖਾਨੇ ਜਦੋਂ ਜਾਂਦਾ ਸੀ ਸਤਗੁਰੂ ਕਈਆਂ ਨੂੰ ਸਰੋਪੇ ਵਜੋਂ ਹਥਿਆਰ ਦਿੰਦੇ ਸਨ ਕਈ ਸਿੱਖ ਜਾ ਕੇ ਆਪ ਬਣਾ ਕੇ ਹਥਿਆਰ ਲੈ ਜਾਂਦੇ ਸਨ ਸਤਗੁਰੂ ਜੀ ਨੂੰ ਭੇਟਾ ਵਜੋਂ ਹਥਿਆਰ ਦਿੰਦੇ ਸਰੋਪੇ ਵਜੋਂ ਵੀ ਹਥਿਆਰ ਦਿੱਤਾ ਜਾਂਦਾ ਸੀ ਉਹ ਪ੍ਰਥਾ ਅੱਜ ਵੀ ਕੰਮ ਰੱਖੀ ਹੋਏ ਗੁਰਦੁਆਰੇ 'ਚ ਕੋਈ ਆਉਂਦਾ ਹੈ ਸਰੋਪੇ ਵਜੋਂ ਕਿਰਪਾਨ ਦਿੰਨੇ ਆ ਪਰ ਉਹ ਪ੍ਰਥਾ ਜਿਹੜੀ ਜਿਹੜੀ ਵਿੱਚੋਂ ਗੱਲ ਸੀਗੀ ਉਹ ਸਿੱਖ ਨੂੰ ਦਿੱਤਾ ਜਾਂਦਾ ਸੀ ਅਸੀਂ ਬਾਹਰ ਲੈ ਅਸੀਂ ਉਹਨਾਂ ਲੀਡਰਾਂ ਨੂੰ ਉਹਨਾਂ ਆਗੂਆਂ ਨੂੰ ਜਿਨ੍ਹਾਂ ਨੇ ਸਾਡੇ ਸਿੱਖਾਂ ਦਾ ਕਤਲੇਆਮ ਕਰਾਇਆ ਉਹਨਾਂ ਤੱਕ ਨੂੰ ਵੀ ਗੁਰਦੁਆਰੇ ਸਦਕੇ ਕਿਰਪਾ ਨਾਲ ਦੇ ਦੇ ਕਰਦੇ ਹੋਰ ਕਤਲੇਆਮ ਤੁਹਾਨੂੰ ਅਸੀਂ ਧਾਰ ਦੇਂਦੇ ਪਰ ਜਦੋਂ ਸਤਗੁਰੂ ਸਰਬੱਤ ਦਾ ਅਨੰਦਪੁਰ ਗਿਆਨ ਨੂੰ ਸਿੱਖਾਂ ਨੂੰ ਦਿੰਦਾ ਹੈ ਯੋਧਿਆਂ ਨੂੰ ਦਿੰਦਾ ਸਿੱਖਾਂ ਨੂੰ ਦਿਆ ਕਰਦਾ ਸੀ ਕਪੜੇ ਕੋਲ ਹਥਿਆਰ ਰੱਖੋ ਕਤਲੇਆਮਾਂ ਤੋਂ ਬਚੇ ਨਾ ਹੋਗੇ ਤੇ ਸਿੱਖ ਜਿਹੜੇ ਹਥਿਆਰ ਬਣਾਉਂਦੇ ਸਾਨੂੰ ਭੇਟਾ ਲੈ ਕੇ ਜਾਂਦੇ ਨੇ ਸਤਗੁਰੂ ਹਥਿਆਰ ਦਿੰਦੇ ਹਨ ਸਤਗੁਰੂ ਜੀ ਤੁਹਾਡੇ ਕੋਲ ਹਥਿਆਰ ਰਹਿਣ ਇਥੇ ਆਲੇ ਦੁਆਲੇ ਸਿੱਖਾਂ ਕੋਲ ਹਥਿਆਰ ਰਹਿਣ ਤਾਕੇ ਇਥੇ ਕੋਈ ਹਮਲਾਵਰ ਨਾ ਹੋ ਸਕੇ ਸੋ ਹਥਿਆਰ ਦੀ ਗੱਲ ਜਿਹੜੀ ਲਾ ਕੇ ਚਲਦੀ ਰਹੀ ਔਰ ਸਤਗੁਰੂ ਜੀ ਆਪਾਂ ਪਿਛਲੇ ਦੋਹੇ ਵਿੱਚ ਇੱਕ ਪੰਕਤੀ ਦੀ ਗੱਲ ਕੀਤੀ ਸੀ ਪਿਛਲੇ ਐਪੀਸੋਡ ਦੇ ਵਿੱਚ ਇੱਕ ਪੰਕਤੀ ਦੀ ਗੱਲ ਕੀਤੀ ਸਤਗੁਰ ਦਾ ਕਲਗੀਧਰ ਪਾਸ਼ਾ ਦਾ ਕਿਸ਼ਨਾ ਅਵਤਾਰ ਦਾ ਸਵਈਆ ਹੈ ਮੈਂ ਉਸ ਸਵਈਏ ਦੀ ਇੱਕ ਪੰਕਤੀ ਦੀ ਗੱਲ ਕੀਤੀ ਪੂਰਾ ਸਵਈਆ ਕਰ ਲੈਣੇ ਸਤਗੁਰ ਚਾਹੁੰਦੇ ਕੀ ਸਿੱਖ ਦੇ ਕੋਲ ਸਤਗੁਰ ਚਾਹੁੰਦੇ ਆ ਸਿੱਖ ਸ਼ਸਤਰ ਵਿਦਿਆ ਕਰੇ ਘੋੜੇ ਦੀ ਸਵਾਰੀ ਕਰੇ ਯੋਧੇ ਲਈ ਤਿਆਰ ਰਹੇ ਪਰ ਯੋਧੇ ਲਈ ਤਿਆਰ ਰਹੇ ਪਰ ਜਿਉਂ ਦਰੁ ਜਦ ਤੱਕ ਡਾਲਦਾ ਉਹ ਤੱਕ ਟਾਲੇ ਤੇ ਬਚਨ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਪਰ ਪ੍ਰਮਾਤਮਾ ਦੇ ਨਾਮ ਨਾਲ ਵੀ ਜੁੜਿਆ ਰਹਿ ਉਹਦੀ ਪੈ ਭਾਵਨੀ ਚ ਰਹਿ ਗੁਰੂ ਦੀ ਪੈ ਭਾਵਨੀ ਚ ਰਹਿ ਸਤਗੁਰ ਦਾ ਮਹਾਵਾਖ ਧੰ ਜਿਉ ਤਹੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ ਦੇਹ ਅਨਿਤ ਨਾ ਨਿਤ ਰਹਿ ਜਸਨਾਵ ਚੜੇ ਭਵ ਸਾਗਰ ਤਾਰੇ ਧੀਰਜ ਤਾਮਬ ਬਣਾਏ ਇਹ ਤਨ ਬੁੱਧ ਸਿਓ ਦੀਪਕ ਜਿਉ ਅਜਾਰੇ ਉਜਾਰੇ ਗਿਆਨੇ ਕੀ ਬਡਣੀ ਮਨੋ ਹਾਥ ਲੈ ਕਾਤਰ ਤੱਕ इतवार ਬਹਾਰੇ ਗਿਆਨ ਦੀ ਧਾਰ ਤੁਹਾਡੀ ਤੇਜ ਹੋਣੀ ਚਾਹੀਦੀ ਆ ਇੰਨੀ ਤੇਜ ਹੋਣੀ ਚਾਹੀਦੀ ਗਿਆਨ ਦੀ ਧਾਰ ਕਿ ਤੁਹਾਨੂੰ ਜੁੱਧ ਦੀ ਧਾਰ ਤਲਵਾਰ ਦੀ ਧਾਰ ਦਿਖਾਉਣ ਦੀ ਲੋੜ ਨਾ ਪਵੇ ਪਰ ਗਿਆਨ ਦੀ ਧਾਰ ਤੇਜ ਰੱਖਦਿਆਂ ਹੋਇਆਂ ਵੀ ਕਿਰਪਾਨ ਦੀ ਧਾਰ ਆਪਣੀ ਤੇਜ ਰੱਖਣੀ ਜੇ ਤੁਹਾਡੀ ਕਿਰਪਾਨ ਦੀ ਤਾਰ ਤੇਜ ਨਹੀਂ ਜੇ ਤੁਹਾਡੀ ਸ਼ਸਤਰ ਵਿਦਿਆ ਦੀ ਤਿਆਰੀ ਨਹੀਂ ਘੋੜੇ ਦੀ ਸਵਾਰੀ ਨਹੀਂ ਤੁਸੀਂ ਜੰਗ ਲਈ ਤਿਆਰ ਨਹੀਂ ਤੁਹਾਡੇ ਕੋਲ ਤਾਕਤ ਨਹੀਂ ਸ਼ਕਤੀ ਨਹੀਂ ਤੇ ਜਿੰਨਾ ਮਰਜੀ ਗਿਆਨ ਚੱਕੀ ਫਿਰੋ ਤੁਹਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਗੱਲ ਉਹਨਾਂ ਦੀ ਸੁਣੀ ਜਾਂਦੀ ਹੈ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ ਗੱਲ ਉਹਨਾਂ ਦੀ ਸੁਣੀ ਜਾਂਦੀ ਹੈ ਦੇਗ ਵੀ ਉਸ ਦੀ ਫਤਿਹ ਹੁੰਦੀ ਹੈ ਜਿਸ ਦੇ ਕੋਲ ਤੇਗ ਦੀ ਫਤਿਹ ਦਾ ਸਾਧਨ ਹੋਵੇ ਇਸੇ ਕਰਕੇ ਸਰਦੂਮ ਦੋਆ ਦੀ ਜੋੜ ਕੇ ਗੱਲ ਕਰਤੀ ਹੈ ਦੇਗ ਤੇਗ ਫਤਿਹ ਜਦੋਂ ਦੇਗ ਫਤਿਹ ਹੋਏਗੀ ਤੇਗ ਫਤਿਹ ਹੋਏਗੀ ਦੋਨੇ ਚੀਜ਼ਾਂ ਇਕੱਠੀਆਂ ਹੋਣਗੀਆਂ ਫਿਰ ਪੰਥ ਕੀ ਜੀਤ ਹੋਏਗੀ ਇਹਨਾਂ ਨਾਰਿਆਂ ਨੂੰ ਸਤਿਗੁਰ ਦੇ ਇਸ ਬਚਨ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ करिए ਸਿੱਖ ਰਲੇ 52 ਬਚਨਾਂ ਦੇ ਵਿੱਚ ਕੀਵਾ ਬਚਨ ਸਤਿਗੁਰ ਪਾਤਸ਼ਾਹ ਦਾ ਸਿੱਖ ਨੇ ਸ਼ਸਤਰ ਵਿਦਿਆ ਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਨਾ ਹੈ ਇਹਦਾ ਅਰਥ ਹੈ ਜੰਗ ਲਈ ਤਿਆਰ ਰਹਿਣਾ ਹੈ ਤਾਂ ਕਿ ਜੰਗ ਨੂੰ ਵੱਧ ਤੋਂ ਵੱਧ ਸਮੇਂ ਲਈ ਟਾਲਿਆ ਜਾ ਸਕੇ ਯੁੱਧ ਨੂੰ ਵੱਧ ਤੋਂ ਵੱਧ ਸਮੇਂ ਲਈ ਟਾਲਿਆ ਜਾ ਸਕੇ ਤੁਹਾਨੂੰ ਸ਼ਕਤੀ ਦੇ ਨਾਲ ਕਿਤੇ ਯੋਜਨਾ ਨਾ ਪਵੇ ਇਸ ਲਈ ਗਿਆਨ ਤੁਹਾਡੇ ਕੋਲ ਗਿਆਨ ਦੀ ਧਾਰ ਵੀ ਤਿੱਖੀ ਹੋਣੀ ਚਾਹੀਦੀ ਆ ਇਹ ਸਤਿਗੁਰ ਦਾ ਬਚਨ ਹੈ ਕਿਉਂਕਿ ਸਤਿਗੁਰੂ ਸਿੱਖ ਨੂੰ ਖੁਸ਼ ਤੇ ਖੁਸ਼ਹਾਲ ਦੇਖਣਾ ਚਾਹੁੰਦੇ ਨੇ ਇਸ ਲਈ ਸਤਿਗੁਰ ਨੇ ਇਹ 52 ਬਚਨਾਂ ਦੇ ਵਿੱਚੋਂ ਤੀਵਾਂ ਬਚਨ ਕੀਤਾ ਹੈ ਸ਼ਸਤਰ ਵਿੱਦਿਆ ਤੇ ਘੋੜੇ ਦੀ ਸਵਾਰੀ ਦਾ ਅਭਿਆਸ ਸਿੱਖਨੇ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ